ਫਲੋਰ ਵਿੱਚ ਚੋਰਾਂ ਦਾ ਕਹਿਰ, ਲੱਖਾਂ ਦੀ ਚੋਰੀ। ਫਲੋਰ ਅੰਦਰ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਕਹਿਰ ਲਗਾਤਾਰ ਜਾਰੀ ਹੈ। ਪੁਲਿਸ ਪ੍ਰਸ਼ਾਸਨ ਤੋਂ ਬੇਖੌਫ ਚੋਰ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਚੋਰ ਗੰਨਾ ਪਿੰਡ ਫਲੋਰ ਵਿਖੇ ਇੱਕ ਘਰ ਦੀ ਦੀਵਾਰ ਪਾੜ ਕੇ 17 ਤੋੜੇ ਸੋਨਾ ਅਤੇ 3,45,000 ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਮੂਦੀਨ ਅਤੇ HSO ਫਲੋਰ ਨੇ ਕਿਹਾ, 12 ਵਜੇ ਤੋਂ ਬਾਅਦ ਹੋਈ ਹੈ ਜੀ। 17 ਤੋਲੇ ਤੋੜ ਸੋਨਾ ਜੀ, 3,45,000 ਰੁਪਈਆ ਪਿੱਛੋਂ ਦੁਆਰ ਤੋੜ ਕੇ ਲੈ ਗਏ ਕੱਢ ਕੇ ਅਲਮਾਰੀ ਚੋਂ। 4:30 ਵਜੇ ਸਾਨੂੰ ਸਵੇਰੇ ਪਤਾ ਲੱਗਾ। ਇੱਕ ਸਵੇਰੇ ਗੰਨਾ ਪਿੰਡ ਤੋਂ ਇਤਲਾਹ ਮਿਲੀ ਹੈ ਕਿ ਉਹਨਾਂ ਦੇ ਘਰ ਰਾਤ ਚੋਰੀ ਹੋਈ ਹੈ, ਜੋ ਮੌਕੇ 'ਤੇ ਜਾ ਕੇ ਵੈਰੀਫਾਈ ਕੀਤਾ ਗਿਆ ਹੈ ਅਤੇ ਜੋ ਉਹਨਾਂ ਦੇ ਕਹਿਣ ਮੁਤਾਬਕ ਉੱਥੋਂ ਕਾਫੀ ਜ਼ਿਆਦਾ ਨਕਦੀ ਅਤੇ ਕਾਫੀ ਜ਼ਿਆਦਾ ਸੋਨਾ ਚੋਰੀ ਹੋਇਆ ਹੈ, ਜੋ ਬਹੁਤ ਹੀ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ।